ਅੰਧਵਿਸ਼ਵਾਸ ਨੇ ਤਿੰਨ ਬੱਚਿਆਂ ਦੇ ਪਿਤਾ ਦੀ ਜਾਨ ਲੈ ਲਈ। ਜਦੋਂ ਇੱਕ ਪਾਦਰੀ ਸ਼ਖਸ ਵਿੱਚੋਂ ਸ਼ੈਤਾਨ ਕੱਢਣ ਆਇਆ, ਪਰ ਪਾਦਰੀ ਨੇ ਸ਼ੈਤਾਨ ਕੱਢਣ ਦੀ ਥਾਂ ਸ਼ਖਸ ਨੂੰ ਹੀ ਮੌਤ ਦੇ ਮੂੰਹ ਦੇ ਵਿੱਚ ਧੱਕ ਦਿੱਤਾ ਤੇ ਆਪਣੇ ਸਾਥੀਆਂ ਨੂੰ ਸੱਦ ਕੇ ਇਸ ਵਿਅਕਤੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਰੱਸੀਆਂ ਨਾਲ ਬੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦਰਅਸਲ ਸ਼ਖਸ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਤੇ ਉਸਦੀ ਮਾਂ ਨੇ ਉਸ ਲਈ ਪ੍ਰਾਰਥਨਾ ਕਰਨ ਲਈ ਪਾਦਰੀ ਨੂੰ ਸੱਦਿਆ ਸੀ, ਪਰ ਪਾਦਰੀ ਨੇ ਉਸਦੇ ਪੁੱਤ ਨੂੰ ਹੀ ਉਸ ਤੋਂ ਹਮੇਸ਼ਾ ਹਮੇਸ਼ਾ ਲਈ ਦੂਰ ਕਰ ਦਿੱਤਾ। ਹੁਣ ਬੇਵਸ ਮਾਂ ਪਾਦਰੀ ਨੂੰ ਸੱਦ ਕੇ ਪਛਤਾ ਰਹੀ ਹੈ ਤੇ ਪਾਦਰੀ ਤੇ ਉਸਦੇ ਸਾਥੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਵੀ ਕਰ ਰਹੀ ਹੈ। ਇਹ ਮਾਮਲਾ ਗੁਰਦਾਸਪੁਰ ਦੇ ਕਸਬਾ ਧਾਲੀਵਾਲ ਦੇ ਪਿੰਡ ਸਿੰਘਪੁਰ ਤੋਂ ਸਾਹਮਣੇ ਆਇਆ। ਦਰਅਸਲ ਜਿਸ ਪਰਿਵਾਰ ਨਾਲ ਇਹ ਸ਼ਖਸ ਸੰਬੰਧਿਤ ਸੀ ਉਹ ਬਹੁਤ ਹੀ ਗਰੀਬ ਪਰਿਵਾਰ ਹੈ ਤੇ ਪਰਿਵਾਰ ਨੇ ਇਸਦੀ ਸ਼ਿਕਾਇਤ ਵੀ ਪੁਲਿਸ ਨੂੰ ਨਹੀਂ ਦਿੱਤੀ ਸੀ ਅਤੇ 2 ਦਿਨ ਬਾਅਦ ਰਿਸ਼ਤੇਦਾਰਾਂ ਦੇ ਕਹਿਣ ਤੇ ਜਦੋਂ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਪੁਲਿਸ ਮੁਸਤੈਦੀ ਦੇ ਨਾਲ ਘਟਨਾ ਦੀ ਜਾਂਚ ਦੇ ਵਿੱਚ ਜੁਟ ਗਈ ਅਤੇ ਜਿੱਥੇ ਸ਼ਖਸ ਨੂੰ ਦਫਨਾਇਆ ਗਿਆ ਸੀ ਉੱਥੋਂ ਸ਼ਖਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਾਹਰ ਕੱਢਿਆ ਤੇ ਪੁਲਿਸ ਨੇ ਹੁਣ ਪਾਦਰੀ ਸਮੇਤ ਉਸਦੇ 9 ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਦੇ ਵਿੱਚ ਜੁਟ ਗਈ ਹੈ। ਠੀਕ ਨਹੀਂ ਸੀ, ਚੀਕਾਂ ਮਾਰਦਾ ਸੀ ਤੇ ਮੈਂ ਪਾਸਟਰ ਜੱਕੀ ਨੂੰ ਸੱਦਿਆ ਪ੍ਰਾਰਥਨਾ ਵਾਸਤੇ ਤੇ ਉਹਨੇ 3 ਜਣੇ ਪਹਿਲਾਂ ਆਏ, ਉਹਨੇ 10-12 ਜਣੇ ਹੋਰ ਸੱਦ ਲਿਆ। ਉਹ ਪ੍ਰਾਰਥਨਾ ਕਰਨ ਦੀ ਬਜਾਏ ਉਹ ਮਾਰਨ ਕੁੱਟਣ ਡਿਆ ਪਿਆ ਉਹਨੂੰ ਵਿਹੜੇ ਦੇ ਵਿੱਚ, ਧੂ ਧੂ ਕੇ ਕੋਹ ਕੋਹ ਕੇ ਮੇਰੇ ਬੱਚੇ ਨੂੰ ਮਾਰ ਦਿੱਤਾ ਉਹਨਾਂ ਨੇ, ਸੱਟਾਂ ਲਾਈਆਂ ਬੜੀਆਂ। ਜਦੋਂ ਉਹ ਮਰ ਗਿਆ ਤੇ ਉਹਨਾਂ ਦੇ ਹੱਥ ਪੈਰ ਬੰਨ੍ਹ ਕੇ ਉਹਨੂੰ ਮੰਜੀ 'ਤੇ ਸੁੱਟ ਗਏ ਆ। ਉਸੇ ਟਾਈਮ ਮੇਰੇ ਬੱਚੇ ਨੇ ਦਮ ਤੋੜ ਦਿੱਤੇ। ਡੈਡ ਬੋਡੀ ਮੇਰੀ ਹਜੇ ਪੁੱਟੀ ਜਾ ਰਹੀ ਆ, ਇਹਦੇ 'ਤੇ ਜੋ ਵੀ ਆ ਉਹਦਾ ਪੋਸਟਮਾਰਟਮ ਹੋਣਾ। ਕੀ ਸਾਰੀ ਘਟਨਾ ਹੈ? ਉਹਨਾਂ ਦਾ ਬੇਟਾ ਜਿਹੜਾ ਠੀਕ ਨਹੀਂ ਸੀ ਤੇ ਉਹਨਾਂ ਨੇ ਪਾਦਰੀ ਨੂੰ ਦੁਆ ਕਰਨ ਲਈ ਬੁਲਾਇਆ, ਪਰ ਦੁਆ ਕਰਨ ਦੀ ਬਜਾਏ ਉਹਦੀ ਜਿਹੜੀ ਮਾਰ ਕੁੱਟ ਕੀਤੀ ਗਈ ਤੇ ਉਹਦੇ ਨਾਲ ਦੀ ਡੈਥ ਹੋ ਗਈ। ਅੰਧਵਿਸ਼ਵਾਸ ਨੇ ਤਿੰਨ ਬੱਚਿਆਂ ਦੇ ਪਿਤਾ ਦੀ ਜਾਨ ਲੈ ਲਈ। ਜਦੋਂ ਇੱਕ ਪਾਦਰੀ ਸ਼ਖਸ ਵਿੱਚੋਂ ਸ਼ੈਤਾਨ ਕੱਢਣ ਆਇਆ, ਪਰ ਪਾਦਰੀ ਨੇ ਸ਼ੈਤਾਨ ਕੱਢਣ ਦੀ ਥਾਂ ਸ਼ਖਸ ਨੂੰ ਹੀ ਮੌਤ ਦੇ ਮੂੰਹ ਦੇ ਵਿੱਚ ਧੱਕ ਦਿੱਤਾ ਤੇ ਆਪਣੇ ਸਾਥੀਆਂ ਨੂੰ ਸੱਦ ਕੇ ਇਸ ਵਿਅਕਤੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਰੱਸੀਆਂ ਨਾਲ ਬੰਨ੍ਹ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦਰਅਸਲ ਸ਼ਖਸ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਤੇ ਉਸਦੀ ਮਾਂ ਨੇ ਉਸ ਲਈ ਪ੍ਰਾਰਥਨਾ ਕਰਨ ਲਈ ਪਾਦਰੀ ਨੂੰ ਸੱਦਿਆ ਸੀ, ਪਰ ਪਾਦਰੀ ਨੇ ਉਸਦੇ ਪੁੱਤ ਨੂੰ ਹੀ ਉਸ ਤੋਂ ਹਮੇਸ਼ਾ ਹਮੇਸ਼ਾ ਲਈ ਦੂਰ ਕਰ ਦਿੱਤਾ। ਹੁਣ ਬੇਵਸ ਮਾਂ ਪਾਦਰੀ ਨੂੰ ਸੱਦ ਕੇ ਪਛਤਾ ਰਹੀ ਹੈ ਤੇ ਪਾਦਰੀ ਤੇ ਉਸਦੇ ਸਾਥੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਵੀ ਕਰ ਰਹੀ ਹੈ। ਇਹ ਮਾਮਲਾ ਗੁਰਦਾਸਪੁਰ ਦੇ ਕਸਬਾ ਧਾਲੀਵਾਲ ਦੇ ਪਿੰਡ ਸਿੰਘਪੁਰ ਤੋਂ ਸਾਹਮਣੇ ਆਇਆ। ਦਰਅਸਲ ਜਿਸ ਪਰਿਵਾਰ ਨਾਲ ਇਹ ਸ਼ਖਸ ਸੰਬੰਧਿਤ ਸੀ ਉਹ ਬਹੁਤ ਹੀ ਗਰੀਬ ਪਰਿਵਾਰ ਹੈ ਤੇ ਪਰਿਵਾਰ ਨੇ ਇਸਦੀ ਸ਼ਿਕਾਇਤ ਵੀ ਪੁਲਿਸ ਨੂੰ ਨਹੀਂ ਦਿੱਤੀ ਸੀ ਅਤੇ 2 ਦਿਨ ਬਾਅਦ ਰਿਸ਼ਤੇਦਾਰਾਂ ਦੇ ਕਹਿਣ ਤੇ ਜਦੋਂ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਪੁਲਿਸ ਮੁਸਤੈਦੀ ਦੇ ਨਾਲ ਘਟਨਾ ਦੀ ਜਾਂਚ ਦੇ ਵਿੱਚ ਜੁਟ ਗਈ ਅਤੇ ਜਿੱਥੇ ਸ਼ਖਸ ਨੂੰ ਦਫਨਾਇਆ ਗਿਆ ਸੀ ਉੱਥੋਂ ਸ਼ਖਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਾਹਰ ਕੱਢਿਆ ਤੇ ਪੁਲਿਸ ਨੇ ਹੁਣ ਪਾਦਰੀ ਸਮੇਤ ਉਸਦੇ 9 ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਦੇ ਵਿੱਚ ਜੁਟ ਗਈ ਹੈ। ਠੀਕ ਨਹੀਂ ਸੀ, ਚੀਕਾਂ ਮਾਰਦਾ ਸੀ ਤੇ ਮੈਂ ਪਾਸਟਰ ਜੱਕੀ ਨੂੰ ਸੱਦਿਆ ਪ੍ਰਾਰਥਨਾ ਵਾਸਤੇ
ਤੇ ਉਹਨੇ ਤਿੰਨ ਜਣੇ ਪਹਿਲਾਂ ਆਏ, ਉਹਨੇ 10-12 ਜਣੇ ਹੋਰ ਸੱਦ ਲਿਆ। ਉਹ ਪ੍ਰਾਰਥਨਾ ਕਰਨ ਦੀ ਬਜਾਏ ਉਹ ਮਾਰਨ ਕੁੱਟਣ ਡਿਆ ਪਿਆ ਉਹਨੂੰ, ਵਿਹੜੇ ਦੇ ਵਿੱਚ ਧੂਹ ਧੂਹ ਕੇ ਖੋਹ ਖੋਹ ਕੇ ਮੇਰੇ ਬੱਚੇ ਨੂੰ ਮਾਰ ਦਿੱਤਾ ਉਹਨਾਂ ਨੇ, ਸੱਟਾਂ ਲਾਈਆਂ ਬੜੀਆਂ। ਜਦੋਂ ਉਹ ਮਰ ਗਿਆ ਤੇ ਉਹਨਾਂ ਦੇ ਹੱਥ ਪੈਰ ਬੰਨ੍ਹ ਕੇ ਉਹਨੂੰ ਮੰਜੀ 'ਚ ਸੁੱਟ ਗਏ ਆ, ਉਸੇ ਟਾਈਮ ਮੇਰੇ ਬੱਚੇ ਨੇ ਦਮ ਤੋੜ ਦਿੱਤੇ। ਡੈਡ ਬੋਡੀ ਮੇਰੀ ਹਜੇ ਜੀ ਪੁੱਟੀ ਜਾ ਰਹੀ ਆ, ਇਹਦੇ 'ਤੇ ਜੋ ਵੀ ਆ ਉਹਦਾ ਪੋਸਟਮਾਰਟਮ ਹੋਣਾ। ਕੀ ਸਾਰੀ ਘਟਨਾ? ਉਹਨਾਂ ਦਾ ਬੇਟਾ ਜਿਹੜਾ ਠੀਕ ਨਹੀਂ ਸੀ, ਤੇ ਉਹਨਾਂ ਨੇ ਪਾਦਰੀ ਨੂੰ ਦੁਆ ਕਰਨ ਲਈ ਬੁਲਾਇਆ, ਪਰ ਦੁਆ ਕਰਨ ਦੀ ਬਜਾਏ ਉਹਦੀ ਜਿਹੜੀ ਮਾਰ ਕੁੱਟ ਕੀਤੀ ਗਈ, ਉਹਦੇ ਨਾਲ ਦੀ ਡੈਥ ਹੋ ਗਈ।